ਤੇ ਇਹ ਵੀਰ ਸਿੰਘ ਤੁਹਾਡਾ ਪੱਕਾ ਨਾਂ ਹੈ ਕਿ ਪੱਕਾ ਨਾਂ ਹੋ ਰਿਹਾ ਕੋਈ? ਨਾਨਕ ਦਾ ਪੁੱਤ ਹਾਂ ਤੇਰਾ, ਤੇਰਾ ਤੁਲਾਂਗਾ। ਪਰ ਫਿਰ ਤੋਂ ਸਵਾਗਤ ਹੈ ਜੀ KCGC ਟੀਵੀ ਤੇ। ਦਰਸ਼ਕੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਸਾਲ ਦੇ ਪੁਸਤਕ ਮੇਲੇ ਵਿੱਚ ਜੋ ਕਿ ਖਾਲਸਾ ਕਾਲਜ ਤੇ ਪੰਜਾਬੀ ਡਿਪਾਰਟਮੈਂਟ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਵਾਇਆ ਗਿਆ, ਵਿੱਚ ਵੱਖ-ਵੱਖ ਹਸਤੀਆਂ ਨੇ ਜਿਹੜੀਆਂ ਕਿ ਪੰਜਾਬੀ ਮਾਂ ਬੋਲੀ ਦੇ ਨਾਲ ਸਾਹਿਤ ਨਾਲ ਜੁੜੀਆਂ ਹੋਈਆਂ ਸਨ, ਉਹਨਾਂ ਨੇ ਹਿੱਸਾ ਲਿਆ। ਤੇ ਪੰਜਾਬ ਦੇ ਬਹੁਤ ਹੀ ਨਾਮਵਰ ਗਾਇਕ ਜਿਹੜੇ ਕਿ ਪੰਜਾਬੀ ਮਾਂ ਬੋਲੀ ਦੇ ਨਾਲ ਸਾਡੇ ਸਾਹਿਤ ਦੇ ਨਾਲ ਬੜੇ ਹੀ ਚੰਗੀ ਤਰ੍ਹਾਂ ਜੁੜੇ ਹੋਏ ਨੇ, ਵੀਰ ਸਿੰਘ। ਵੀਰ ਸਿੰਘ ਵੀ ਇਸ ਪੁਸਤਕ ਮੇਲੇ ਤੇ ਪਹੁੰਚੇ, ਜਿਨ੍ਹਾਂ ਦੇ ਨਾਲ ਅਸੀਂ KCGC ਦੇ ਥਰੂ ਵੀ ਗੱਲਬਾਤ ਕੀਤੀ ਤੇ ਸਟੇਜ ਤੋਂ ਦਰਸ਼ਕਾਂ ਦੇ ਰੂਬਰੂ ਵੀ ਕਰਵਾਇਆ। ਸੋ ਚਲੋ ਲੈ ਕੇ ਚੱਲਦੇ ਹਾਂ ਤੁਹਾਨੂੰ ਵੀਰ ਸਿੰਘ ਦੇ ਨਾਲ ਇੱਕ ਖਾਸ ਗੱਲਬਾਤ ਦੇ ਵਿੱਚ। ਤੇ ਇਹ ਵੀਰ ਸਿੰਘ ਤੁਹਾਡਾ ਪੱਕਾ ਨਾਂ ਹੈ ਕਿ ਪੱਕਾ ਨਾਂ ਹੋ ਰਿਹਾ ਕੋਈ? ਮੇਰਾ ਪੂਰਾ ਨਾਂ ਜੀ ਤੇਜਵੀਰ ਸਿੰਘ ਹੈ, ਔਰ ਇੰਡਸਟਰੀ ਦੇ ਵਿੱਚ ਜਾਂ ਸਕਰੀਨ ਨੇਮ ਆਪਾਂ ਕਹਿ ਸਕਦੇ ਹਾਂ ਉਹ ਵੀਰ ਸਿੰਘ ਹੈ। ਸੁਣਨ ਲੱਗ ਤਾਂ ਮਸ਼ਹੂਰ ਹੋਇਆ ਵਾ, ਹੈ ਨਾ? ਹਾਂਜੀ, ਧੰਨਵਾਦ। ਅਤੇ ਤੁਸੀਂ ਆਪਣੀ ਉਮਰ ਨਾਲੋਂ ਬਹੁਤ ਜ਼ਿਆਦਾ ਸਿਆਣੇ ਲੱਗਦੇ ਹੋ ਸ਼ੁਰੂ ਤੋਂ ਹੀ, ਨਾ? ਜਣੀ ਮੁੰਡਿਆਂ ਖੁੰਡਿਆਂ ਵਾਲੀ ਚੰਚਲ ਤਾਂ ਘੱਟ ਆ, ਬੜਾ ਸਹਿਜ ਆ, ਬੜੀ ਸਿਆਣਪ ਦੀ ਬਜ਼ੁਰਗੀ ਜੀ ਬਹੁਤ ਹੈ, ਇਹਦਾ ਕੀ ਰਾਜ਼ ਕੀ ਆ? ਮੇਰੇ ਖਿਆਲ ਜਦੋਂ ਮੈਂ ਛੋਟਾ ਸੀਗਾ ਜੀ, ਮੇਰੀ ਸੰਗਤ ਬਹੁਤ ਹੀ ਆਪਣੇ ਦਾਦਾ ਜੀ ਨਾਲ ਰਹੀ ਆ, ਔਰ ਘਰ ਦਾ ਮਾਹੌਲ ਵੀ ਇੱਦਾਂ ਦਾ ਸੀਗਾ ਕਿ ਮੈਨੂੰ ਦਾਦਾ ਜੀ ਨੇ ਸਾਈਕਲ 'ਤੇ ਬਿਠਾਉਣਾ, ਪਿੰਡ ਦਾ ਗੇੜਾ ਕਢਾਉਣਾ, ਔਰ ਜਿੱਥੇ ਜਿੱਥੇ ਬਜ਼ੁਰਗਾਂ ਦੇ ਕੋਲ ਉਹ ਰੁਕਦੇ ਸੀਗੇ ਉੱਥੇ ਹੀ ਮੈਂ ਰੁਕਦਾ ਸੀ ਨਾਲ ਉਹਨਾਂ ਦੇ। ਤਾਂ ਉਹਨਾਂ ਦੀਆਂ ਗੱਲਾਂ ਮੈਂ ਬਚਪਨ 'ਚ ਸੁਣਦਾ ਹੁੰਦਾ ਸੀਗਾ, ਤਾਂ ਮੇਰਾ ਆਪਣਾ ਜਿਹੜਾ ਹਾਣ ਹੈ ਉਹਦੇ 'ਚ ਮੈਂ ਬਹੁਤਾ ਬੈਠਾ, ਸ਼ਾਇਦ ਉਹਦੇ ਕਰਕੇ ਮੇਰੀ ਸੋਚ ਉੱਦਾਂ ਦੀ ਹੋ ਗਈ ਜਾਂ ਉਹ ਗੱਲਾਂ ਮੈਨੂੰ ਭਾਉਣ ਲੱਗ ਪਈਆਂ। ਤੁਹਾਡੇ ਸ਼ੁਰੂ ਦੇ ਬਹੁਤ ਸਾਰੇ ਗੀਤ ਵੀ ਇੱਦਾਂ ਦੇ ਨੇ, ਧਰਮ ਨਾਲ ਸੰਬੰਧਿਤ ਜਾਂ ਸਿਆਣਪ ਨਾਲ ਸੰਬੰਧਿਤ, ਪਰ ਵਿੱਚੋਂ ਵਿੱਚੋਂ ਆ ਝਾਂਜਰਾਂ ਕਢਾਉਣ ਵਾਲੇ, ਇੱਦਾਂ ਦੇ ਗੀਤ ਕਿਵੇਂ ਨਿਕਲੇ? ਵੇਖੋ, ਉਮਰ ਦੇ ਹਿਸਾਬ ਨਾਲ ਜਿਹੜੀ ਜਿਹੜੀ ਚੀਜ਼ ਮੇਰੇ ਖਿਆਲ ਨਾਲ ਬੰਦੇ ਨੂੰ ਮਾਣਨੀ ਚਾਹੀਦੀ ਹੈ, ਉਹ ਮਾਣ ਵੀ ਲੈਣੀ ਚਾਹੀਦੀ ਹੈ, ਕਿਉਂਕਿ ਉਮਰ ਲੰਘੇ ਤੋਂ ਮੁੜ ਕੇ ਪਛਤਾਉਣ ਦਾ ਤਾਂ ਕੋਈ ਫਾਇਦਾ ਨਹੀਂ। ਉਹ ਗੀਤ ਸੁਣਾ ਨਾ ਲਈਏ ਥੋੜ੍ਹਾ ਜਿਹਾ ਸੁਣਾ ਦੇ। ਕੁਝ ਧੁੱਪਾਂ ਰੱਖੀਆਂ ਨੇ, ਨੀ ਕੁਝ ਛਾਵਾਂ ਰੱਖੀਆਂ ਨੇ, ਤੇਰੇ ਨਾਲ ਬਿਤਾਉਣ ਲਈ ਬਾਕੀ ਸਾਵਾਂ ਰੱਖੀਆਂ ਨੇ, ਨੀ ਤੇਰੇ ਪੈਰੀ ਪਾਉਣਾ ਏ, ਨੀ ਤੇਰੇ ਪੈਰੀ ਪਾਉਣਾ ਏ, ਸਾਡੇ ਘਰ ਵਿੱਚ ਬਹਿ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ ਰੱਖਿਆ ਲੈ ਕੇ ਨਾਲ, ਇੱਕ ਜੋੜਾ ਝਾਂਜਰਾਂ ਦਾ ਰੱਖਿਆ ਲੈ ਕੇ ਨਾਲ, ਚਾਦਰ ਮਾਂ ਦੀ ਹੱਥ ਕੱਢੀ ਮੰਜੀ ਤੇ ਵਿਛਾਉਣ ਲਈ, ਨੀ ਕੁਝ ਦੀਵੇ ਸਾਂਭੇ ਨੇ ਦੀਵਾਲੀ ਤੇ ਜਗਾਉਣ ਲਈ, ਤਨ ਸੁੱਚਾ ਰੱਖਿਆ ਏ ਕਿਸੇ ਸਬਰ 'ਚ ਰਹਿ ਕੇ, ਇੱਕ ਜੋੜਾ ਝਾਂਜਰਾਂ ਦਾ ਰੱਖਿਆ ਲੈ ਕੇ। ਵੈਸੇ ਕਹਿਣ ਨੂੰ ਮੈਂ ਕਿਹਾ ਮੁੰਡੇ ਖੁੰਡਿਆਂ ਵਾਲਾ ਗੀਤ, ਪਰ ਸਿਆਣਪ ਇਹ 'ਚ ਵੀ ਬਹੁਤ ਜ਼ਿਆਦਾ, ਬਜ਼ੁਰਗੀ ਇਹਦੇ 'ਚ ਹੀ ਹੈ। ਵੈਸੇ ਉਹ ਝਾਂਜਰਾਂ ਵਾਲੀ ਮਿਲ ਗਈ, ਤੁਸੀਂ ਆਏ ਸੀ ਉੱਥੇ, ਤੁਸੀਂ ਗਵਾਹ ਹੋ ਮੇਰੇ ਕੋਲ ਮਿਲ ਗਈ, ਅਤੇ ਭਾਈ ਦੇ ਲਈ ਜੋੜਾ ਝਾਂਜਰਾਂ ਦਾ ਰੱਖਿਆ ਸੀ ਵੀਰ ਸਿੰਘ ਨੇ, ਉਹ ਮਿਲ ਗਈ ਅਤੇ ਉਹਨੂੰ ਦੇ ਤੀ ਜੀ ਬਾਈ, ਅਤੇ ਹੋਰ ਨਾ ਕੋਈ ਝਾਂਗ ਰੱਖਿਓ। ਅਤੇ ਮੈਨੂੰ ਨਾ ਇਹਨਾਂ ਨੇ ਬੁਲਾਇਆ ਤੁਹਾਡੇ ਸਵਾਲ ਸਵੂਲ ਪੁੱਛਣ ਲਈ ਜੀ, ਅਤੇ ਤੁਸੀਂ ਮੈਨੂੰ ਦੱਸੋ ਤੁਹਾਡੇ ਤੋਂ ਮੈਂ ਕੀ ਪੁੱਛਾਂ? ਜੋ ਤੁਹਾਡਾ ਦਿਲ ਕਰਦਾ। ਔਖੇ ਸਵਾਲ ਪੁੱਛਣਗੇ? ਸੌਖੇ ਜਿੱਦਾਂ ਦੇ ਮਰਜ਼ੀ, ਜਿਹੜੇ ਆਮ ਤੌਰ 'ਤੇ ਨਾ ਪੁੱਛੇ ਜਾਂਦੇ, ਹੁਣ ਤਾਂ ਮਜ਼ਾ ਆਊਗਾ ਜੀ। ਵੈਸੇ ਨਾ ਔਖੇ ਸਵਾਲ ਦਾ, ਸਭ ਤੋਂ ਔਖੇ ਸਵਾਲ ਦਾ ਜਵਾਬ ਸਭ ਤੋਂ ਸੌਖਾ ਹੁੰਦਾ, ਉਹਦਾ ਜਵਾਬ ਹੁੰਦਾ ਮੈਨੂੰ ਨਹੀਂ ਪਤਾ। ਅਤੇ ਵੈਸੇ ਮੇਰਾ ਮਨ ਇਹ ਕਰਦਾ ਮੈਂ ਬਹੁਤ ਇਹੋ ਜਿਹੇ ਸੌਖੇ ਸਵਾਲ ਪੁੱਛਾਂ ਜਿਹਨੂੰ ਦੇਖਿਆ ਆਮ ਤੌਰ 'ਤੇ ਬੰਦੇ ਖਿੱਚ ਜਾਂਦੇ ਪਏ ਨਹੀਂ ਕੋਈ ਪੁੱਛਣ ਵਾਲੀ ਗੱਲ ਆ, ਕਿ ਵੀਰ ਸਿੰਘ ਦੇ ਸ਼ਬਦਾਂ ਤੋਂ ਬਿਨਾਂ ਮੈਂ ਤੁਹਾਡਾ ਉਹ ਐਕਸਪ੍ਰੈਸ਼ਨ ਵੀ ਇਸ ਗੱਲਬਾਤ ਦਾ ਹਿੱਸਾ ਬਣਾਉਣਾ ਚਾਹੁੰਦਾ। ਕਿਵੇਂ ਲੱਗੀ ਚਿੱਟ ਕਿੱਧਰ ਆਉਣ ਦੀ? ਇਹਦੇ 'ਚ ਵੱਡਾ ਕ੍ਰੈਡਿਟ ਮੇਰੇ ਨਾਨਕੇ ਨੂੰ ਜਾਂਦਾ, ਕਿਉਂਕਿ ਨਾਨਾ ਜੀ ਨੂੰ ਥੋੜ੍ਹਾ ਸ਼ੌਕ ਸੀਗਾ ਗਾਉਣ ਦਾ। ਆਮ ਤੌਰ 'ਤੇ ਮੈਨੂੰ ਯਾਦ ਆ ਗਿਆ, ਜੇ ਕੋਈ ਮੁੰਡਾ ਨਾ ਲੋਲਾ ਜਿਹਾ ਹੋਵੇ ਜਾਂ ਕੁੜੀਆਂ ਵਰਗਾ ਹੋਵੇ ਤਾਂ ਉਹਦਾ ਪਿਓ ਇਹੀ ਕਹਿੰਦਾ ਹੁੰਦਾ, ਇਹ ਸਹੁਰਾ ਨਾਨਕਿਆਂ 'ਤੇ ਚੱਲ ਗਿਆ, ਪਰ ਤੁਸੀਂ ਨਾਨਕਿਆਂ 'ਤੇ ਜਾ ਕੇ ਚੰਗੇ ਰਹੇ। ਮੇਰੇ ਨਾਨਾ ਜੀ ਨਾ ਮੈਨੂੰ ਬਚਪਨ 'ਚ ਇੱਕ ਗੱਲ ਸੁਣਾਉਂਦੇ ਹੁੰਦੇ ਸੀ, ਕਹਿੰਦੇ ਜਦੋਂ ਮੈਂ ਜੰਝ ਲੈ ਕੇ ਗਿਆ ਸੀਗਾ ਅਤੇ ਨਾਨੀ ਤੇਰੀ ਨੂੰ ਪਤਾ ਸੀ ਵੀ ਮੈਂ ਗਾ ਲੈਂਦਾ, ਤਾਂ ਇਹਨਾਂ ਨੇ ਕਹਿੰਦੇ ਵੀ ਉੱਥੇ ਮੈਨੂੰ ਗਾਉਣ ਲਈ ਕਿਹਾ ਅਤੇ ਮੈਂ ਗਾਉਂਦਾ ਸੀਗਾ, ਅਤੇ
ਇਹਨਾਂ ਦੀ ਭੈਣ ਕੋਈ ਬਨੇਰੇ ਤੋਂ ਕੰਨ ਲਾ ਕੇ ਸੁਣਦੀ ਸੀ ਕਿਉਂਕਿ ਉਹਨਾਂ ਦਿਨਾਂ 'ਚ ਬੰਦੇ ਥੱਲੇ ਹੁੰਦੇ ਸੀ ਅਤੇ ਬੀਬੀਆਂ ਨੂੰ ਬਨੇਰੇ 'ਤੇ ਚਾੜ ਦਿੰਦੇ ਸੀ, ਉਹ ਚੁਬਾਰੇ ਤੋਂ ਦੇਖਦੀਆਂ ਸੀ ਵੀ ਥੱਲੇ ਕੀ ਹੁੰਦਾ। ਕਹਿੰਦੇ ਉਹ ਇੰਨੀ ਬਰੀਕੀ ਨਾਲ ਸੁਣਦੀ ਅਤੇ ਬਨੇਰੇ ਤੋਂ ਭੁੰਜੇ ਆ ਕੇ ਡਿੱਗਦੀ। ਅਤੇ ਕਹਿੰਦੇ ਮੈਂ ਤਾਂ ਜਦੋਂ ਗਾਉਂਦਾ ਹੁੰਦਾ ਸੀ ਕੁੜੀਆਂ ਬਨੇਰੇ ਤੋਂ ਖਿੱਚ ਲੈਂਦਾ ਹੁੰਦਾ ਸੀ। ਉਹ ਚੀਜ਼ ਕਿਤੇ ਨਾ ਕਿਤੇ ਅੰਦਰ ਬੈਠ ਗਈ ਮੇਰੇ ਵੀ, ਮੈਂ ਵੀ ਇਹ ਤਾਂ ਨਹੀਂ ਵੀ ਸੁੱਟਣੀਆਂ ਨੇ, ਸੱਟ ਪੇਟ ਦਾ ਮੈਂ ਮਤਲਬ ਉਹ ਹਾਮੀ ਨਹੀਂ ਭਰਦਾ, ਪਰ ਗਾਉਣ ਦਾ ਸ਼ੌਂਕ ਜਿਹੜਾ ਸੀ ਯਾਨੀ ਕਿ ਉਹ ਮੇਰੇ ਮਨ 'ਚ ਸੀਗਾ। ਔਰ ਫਿਰ ਪਹਿਲੀ ਪਰਫੋਰਮੈਂਸ ਵੀ ਜਦੋਂ ਸੀਗੀ ਉਹ ਵੀ ਮੇਰੇ ਨਾਨਕਿਆਂ ਨੇ ਤਿਆਰ ਕਰਕੇ ਸਕੂਲੇ ਭੇਜਿਆ, ਤਕਰੀਬਨ 5 ਸਾਲ ਦਾ ਸੀਗਾ ਮੈਂ, ਤਾਂ ਉਦੋਂ ਮੈਂ ਗਾਇਆ ਸੀਗਾ। ਬਸ ਉਸ ਦਿਨ ਤੋਂ ਬਾਅਦ ਤੁਰਿਆ ਜੀ। ਹਾਂ ਵੈਸੇ ਇਹ ਸੱਟ ਪੇਟ ਫਿਜ਼ੀਕਲ ਸੱਟ ਪੇਟ ਤਾਂ ਨਹੀਂ, ਵੈਸੇ ਦੂਜੀਆਂ ਸੱਟਾਂ ਤਾਂ ਤੁਸੀਂ ਬਹੁਤ ਮਾਰਦੇ ਹੋ। ਜੇ ਵੀਰ ਸਿੰਘ ਗਾਇਕ ਨਾ ਹੁੰਦਾ ਜੀ, ਵੀਰ ਸਿੰਘ ਕਵੀ ਨਾ ਹੁੰਦਾ ਜੀ, ਤਾਂ ਕੀ ਲੱਗਦਾ ਕਿ ਕੀ ਹੁੰਦਾ? ਨਹੀਂ ਗਾਉਂਦੇ ਤਾਂ ਮੈਂ ਫਿਰ ਵੀ ਹੋਣਾ ਸੀ, ਵੱਖਰੀ ਗੱਲ ਹੈ ਕਿ ਸ਼ਾਇਦ ਉਹ ਪ੍ਰੋਫੈਸ਼ਨ ਨਾ ਹੁੰਦਾ। ਜੇ ਮੈਂ ਪ੍ਰੋਫੈਸ਼ਨ ਕੋਈ ਹੋਰ ਅਡੋਪਟ ਕਰਨਾ ਹੁੰਦਾ ਸ਼ਾਇਦ ਖੇਤੀਬਾੜੀ ਹੁੰਦੀ, ਕਿਉਂਕਿ ਮੈਨੂੰ ਪਹਿਲਾਂ ਜ਼ਿਮੀਂਦਾਰ ਪਰਿਵਾਰ ਹੋਣ ਕਰਕੇ ਨਿੱਕੇ ਹੁੰਦਿਆਂ ਤੋਂ ਸ਼ੌਂਕ ਸੀ, ਕਿਉਂਕਿ ਘਰ ਦੇ ਸਾਨੂੰ ਡੱਕਦੇ ਹੁੰਦੇ ਸੀ ਕਿ ਤੁਸੀਂ ਪੜ੍ਹੋ 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 ਪੜ੍ਹੋ, ਅਤੇ ਜਦੋਂ ਕਦੀ ਬੈਲੀਆਂ ਵੱਲ ਨੂੰ ਮੂੰਹ ਕਰਨਾ ਉਹਨਾਂ ਨੂੰ ਹੁੰਦਾ ਸੀ ਵੀ ਉਹਨਾਂ ਨੇ ਫਿਰ ਕੇ ਆਉਣਾ, ਇਹਨਾਂ ਕਰਨਾ ਕੁਛ ਨਹੀਂ ਉੱਥੇ, ਤਾਂ ਉਹ ਮਨ ਦੇ ਵਿੱਚ ਸੀਗਾ ਕਿ ਨਹੀਂ ਕੁਛ ਕਰਨਾ ਚਾਹੁੰਦੇ ਹਾਂ ਹੱਥੀਂ ਅਜੇ ਵੀ, ਕਿਉਂਕਿ ਹੁਣ ਸਮਾਂ ਵੀ ਉੱਦਾਂ ਦਾ ਕਿ ਘਰ 'ਚ ਇੰਨਾ ਟਿਕ ਨਹੀਂ ਪਾਉਂਦਾ ਮੈਂ, ਪਰ ਫਿਰ ਵੀ ਜੀ ਕਰਦਾ ਘਰ ਦੇ ਵਿੱਚ ਵੀ ਮੈਂ ਬੂਟੇ ਲਾ ਲਾ ਕੇ ਉਹਨਾਂ ਦੇ ਉੱਤੇ ਆਪਣੇ ਰੀਝਾਂ ਪੂਰੀਆਂ ਕਰਦਾ ਰਹਿੰਦਾ। ਮੈਂ ਦੇਖਿਆ ਤੁਹਾਡਾ ਇਨਵਾਇਰਮੈਂਟ ਪ੍ਰਤੀ ਵੀ ਰੁਝਾਨ ਰਿਹਾ ਜੀ, ਇਨਵਾਇਰਮੈਂਟ ਪ੍ਰਤੀ ਵੀ ਜੀ ਸੁਚੇਤ ਵੀ ਹੋ, ਸੁਚੇਤ ਕਰਨ ਦੇ ਯਤਨ 'ਚ ਵੀ ਰਹਿੰਦੇ ਹੋ, ਅਤੇ ਇਹਦੀ ਵੀ ਮੈਨੂੰ ਲੱਗਦਾ ਪਿਛੋਕੜ ਖੇਤਾਂ ਅਤੇ ਖੇਤੀਬਾੜੀ ਨਾਲ ਜੁੜੇ ਹੋਣਾ ਜਾਂ? ਬਿਲਕੁਲ ਜੀ, ਬਿਲਕੁਲ। ਅਤੇ ਵੀਰ ਸਿੰਘ ਕਿਸੇ ਵੇਲੇ ਨਾ ਜ਼ਮਾਨਾ ਹੁੰਦਾ ਸੀ ਜਿਹੜੇ ਸਿੰਗਰ ਸੀ ਉਹਨਾਂ ਦਾ ਜਿਹੜਾ ਗੈਟਅਪ ਹੁੰਦਾ ਸੀ ਜਾਂ ਉਹਨਾਂ ਦਾ ਸਵੈਗ ਸੀ, ਉਹ ਹੁੰਦਾ ਸੀ ਤੁਰਲੇ ਵਾਲੀਆਂ ਪੱਗਾਂ, ਹੈ ਨਾ, ਚਾਹੇ ਉਹ ਕੁਲਦੀਪ ਮਾਣਕ ਹੋਵੇ, ਮੁਹੰਮਦ ਸਦੀਕ ਹੋਣ, ਫਿਰ ਅੱਗੇ ਇੱਕ ਹੇਅਰ ਸਟਾਈਲ ਖਾਸ ਤਰ੍ਹਾਂ ਦੇ, ਚਾਹੇ ਉਹ ਜੇਜ਼ੀ ਬੈਂਸ ਹੋਵੇ ਜਾਂ ਜੋਜੋ ਸਿੰਘ ਹੋਵੇ ਜਾਂ ਇੱਦਾਂ ਦੇ ਹੋਣ ਜੀ। ਅਤੇ ਹੁਣ ਵਿੱਚ ਵਿਚਾਲੇ ਥੋੜ੍ਹਾ ਗਲਿਆ ਮਿਲਿਆ ਵੀ ਆ ਗਿਆ ਜੀ, ਅਤੇ ਵੀਰ ਸਿੰਘ ਦੀ ਜਿਹੜੀ ਗੈਟਅਪ ਹੈ ਇਹ ਇੰਟੈਂਸ਼ਨਲ ਹੈ ਕਿ ਸਵੈਗ ਪ੍ਰਮੋਟ ਕਰਨ ਦੀ? ਮੈਂ ਤੁਹਾਨੂੰ ਇਹਦੀ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਮੈਨੂੰ ਕਿਸੇ ਨੇ ਨਾ ਬੱਚੇ ਨੇ ਪੁੱਛਿਆ, ਕਹਿੰਦਾ ਜਿਹੜਾ ਤੁਸੀਂ ਪੱਗ ਦਾ ਸਟਾਈਲ ਬੰਨਦੇ ਹੋ ਇਹ ਕਿਹੜਾ, ਪਟਿਆਲਾ ਸ਼ਾਹੀ ਹੈ ਕਿ ਅੰਮ੍ਰਿਤਸਰ ਸ਼ਾਹੀ ਹੈ? ਤਾਂ ਮੈਂ ਉਹਨੂੰ ਜਵਾਬ ਦਿੱਤਾ ਸੀ, ਮੈਂ ਕਿਹਾ ਵੀਰ ਇਹ ਧੱਕਾ ਸ਼ਾਹੀ ਹੈ, ਜਿੱਧਰ ਨੂੰ ਵੱਜ ਕੇ ਵੱਜ ਕੇ, ਮੈਂ ਕੋਈ ਬਹੁਤਾ ਸੋਚ ਕੇ ਨਹੀਂ ਬੰਨਦਾ, ਤਾਂ ਮੇਰਾ ਸਵੈਗ ਜਾਂ ਮੇਰਾ ਸਟਾਈਲ ਜਿਹੜਾ ਹੈ ਉਹ ਇੱਦਾਂ ਨਹੀਂ ਕਿ ਮੈਂ ਸੋਚ ਕੇ ਅਡੋਪਟ ਕੀਤਾ, ਮੈਂ ਹੈ ਹੀ ਇੱਦਾਂ ਦਾ, ਉਹ ਇੱਦਾਂ ਦਾ ਹੀ ਪਾਉਂਦਾ ਜੀ। ਮਤਲਬ ਤੁਸੀਂ ਕੁਦਰਤੀ ਤੌਰ 'ਤੇ ਜਿਸ ਤਰ੍ਹਾਂ ਸੋਚਦੇ ਹੋ ਉਸ ਤਰ੍ਹਾਂ ਸੋਚਦੇ ਹੋ, ਕੁਦਰਤੀ ਤੌਰ 'ਤੇ ਜਿਹੋ ਜਿਹਾ ਰਹਿਣਾ ਚਾਹੁੰਦੇ ਹੋ ਉਸ ਤਰ੍ਹਾਂ ਰਹਿੰਦੇ ਹੋ, ਕੁਦਰਤੀ ਤੌਰ ਇਹ ਗਾਉਣਾ ਵੀ ਤੁਹਾਡਾ ਮਤਲਬ ਕਿ ਕੁਦਰਤੀ? ਹਾਂ, ਇੱਕ ਚੀਜ਼ ਹੈ ਮੇਰੇ ਪਹਿਰਾਵੇ 'ਚ ਜਿਹੜੀ ਮੈਂ ਇੰਨੀ ਪਸੰਦ ਨਹੀਂ ਕਰਦਾ ਪਰ ਮੈਨੂੰ ਕਈ ਵਾਰੀ ਪਾਉਣੀ ਪੈਂਦੀ ਹੈ, ਉਹ ਹੈ ਕੋਟ ਪੈਂਟ, ਕਿਉਂਕਿ ਮੈਂ ਬਹੁਤ ਫਸ ਜਾਂਦਾ ਉਹਦੇ 'ਚ, ਮੈਨੂੰ ਐਂ ਲੱਗਦਾ ਕਿ ਮੇਰੀ ਮੂਵਮੈਂਟ ਹੀ ਸਾਰੀ ਖਤਮ ਹੋ ਗਈ। ਪਰ ਟਾਈ ਤੋਂ ਬਚਾ ਰਹੇ? ਟਾਈ ਦਾ ਫਾਇਦਾ ਕੋਈ ਨਹੀਂ, ਮੈਨੂੰ ਲੁਕ ਜਾਂਦੀ ਹੈ, ਟਾਈ ਹੋਵੇ ਬੋ ਹੋਵੇ ਉਹ, ਕਈ ਵਾਰੀ ਮੈਨੂੰ ਗਿਫਟ ਵੀ ਮਿਲਦੇ ਨੇ ਟਾਈ ਜਾਂ ਬੋ, ਤਾਂ ਮੈਂ ਮੋੜ ਦਿੰਦਾ ਹੁੰਦਾ, ਮੈਂ ਕਿਹਾ ਬਾਈ ਤੂੰ ਲਾ ਲਾ ਮੇਰੀ, 7 ਵਜੇ ਗਾਂ ਤੋਂ ਖਿਆਲ ਰੱਖੂਗਾ। ਅਤੇ ਫਿਰ ਤੁਸੀਂ ਉਹ ਆਪਾਂ ਰੋਮਾਂਟਿਕ ਗੀਤਾਂ ਦੀ ਗੱਲ ਕਰਦੇ ਸੀ, ਉਮਰਾਂ ਤੋਂ ਤਾਰੇ ਥੋੜ੍ਹੇ ਤੋੜ ਕੇ ਦਿਖਾ। ਸੂਰਜ ਤੋਂ ਖੋ ਕੇ ਸੋਨਾ ਟਿੱਕਾ ਇੱਕ ਬਣਾ ਮੈਂ, ਨਗ ਦੀ ਥਾਂ ਚੰਨ ਨੂੰ ਜੜ ਕੇ ਹੋਰ ਸਜਾਵਾਂ ਮੈਂ, ਇੱਕ ਹਾਂ ਸੁਪਾਗਾ ਦਿਨ ਲੋੜਦਾ ਤੇਰੇ ਮੱਥੇ 'ਤੇ ਲਗਾਉਣ ਲਈ, ਅੰਬਰਾਂ ਤੋਂ ਤਾਰੇ ਹੀਰੇ, ਅੰਬਰਾਂ ਤੋਂ ਤਾਰੇ ਹੀਰੇ, ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ ਚੁੰਨੀ 'ਤੇ ਸਜਾਉਣ ਲਈ, ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ ਚੁੰਨੀ 'ਤੇ ਸਜਾਉਣ ਲਈ, ਪਾਣੀ ਨਾਲ ਵਹਿ ਜਾਂਦਾ ਆਵਾਂ ਦੀਵਿਆਂ ਨਾਲ ਜਗਦਾਰੀ, ਇਸ਼ਕ ਤੇਰੇ ਵਿੱਚ ਚੱਲੀਏ ਚੱਲਾਂ ਮੈਂ ਜਪਦਾਰ, ਕਿੱਧਰੋਂ ਲੱਭ ਜਾਵੇ ਜੇ ਤੂੰ ਖਾਬਾਂ ਵਿੱਚ ਲੱਭਦਾਰ, ਆਨੀ ਆਨੀ ਰਵਾਂ ਹੀਰੇ ਜੋੜਦਾ ਤੇਰੇ ਖੁਆਬ ਪਗਾਉਣ ਲਈ, ਅੰਬਰਾਂ ਤੋਂ ਤਾਰੇ ਹੀਰੇ, ਅੰਬਰਾਂ ਤੋਂ ਤਾਰੇ ਹੀਰੇ, ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ
ਚੰਨੀ ਤੇ ਸਜਾਵਾਂ ਲਈ। ਥੈਂਕ ਯੂ। ਗੁਰਸਿੰਘ ਆਇਆ ਹੁੰਦਾ ਕਈ ਵਾਰੀ ਸਿੰਗਰ ਨੂੰ ਆਪ ਨੂੰ ਆਪਣੀ ਕੋਈ ਰਚਨਾ ਕੋਈ ਠੀਕ ਠਾਕ ਹੀ ਲੱਗਦੀ ਸੀ, ਪਰ ਲੋਕਾਂ 'ਚ ਬਹੁਤ ਮਕਬੂਲ ਹੋ ਜਾਂਦੀ ਜੀ। ਅਤੇ ਕਈ ਵਾਰੀ ਹੁੰਦਾ ਕਿ ਆਪ ਨੂੰ ਲੱਗਦਾ ਕਿ ਮੇਰੀ ਬਹੁਤ ਵਧੀਆ ਚੀਜ਼ ਹੈ, ਪਰ ਉਹਨਾਂ ਨੂੰ ਸਰੋਤਿਆਂ ਨੇ ਦਰਸ਼ਕਾਂ ਨੇ ਉਸ ਪੱਧਰ ਤੱਕ ਮਸ਼ਹੂਰ ਨਹੀਂ ਹੋਏ ਜੀ। ਦੋਨਾਂ ਵਿੱਚੋਂ ਤੁਹਾਨੂੰ ਵੀ ਕੋਈ ਇੱਦਾਂ ਦੀ ਗੱਲ ਲੱਗਦੀ? ਪਹਿਲੀ ਵਾਰੀ ਲੱਗਦੀ ਹੈ, ਕਈ ਰਚਨਾਵਾਂ ਕਈ ਗੀਤ ਕੁਛ ਫਿਲਮਾਂ ਦੇ ਸੀਗੇ ਜਿਹੜੇ ਸਿਰਫ ਉਸ ਫਿਲਮ ਲਈ ਸਾਨੂੰ ਲਿਖਣੇ ਪਏ। ਫੋਰ ਐਗਜ਼ਾਮਪਲ ਉਹਨਾਂ 'ਚ ਇੱਕ ਗੀਤ ਸੀਗਾ ਮੈਂ ਤੇਰੀ ਨੂੰਹ ਲੱਭਣੀ, ਉਹ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਸ ਗੀਤ ਨੂੰ, ਪਰ ਉਹ ਫਿਲਮ ਵਾਸਤੇ ਮੌਕੇ 'ਤੇ ਲਿਖਿਆ ਹੋਇਆ ਗੀਤ ਸੀਗਾ। ਜਾਂ ਉਸ ਫਿਲਮ ਦਾ ਇੱਕ ਗੀਤ ਸੀਗਾ ਲਾਰੀ, ਉਹ ਵੀ ਗੀਤ ਜਿਹੜਾ ਆ ਉਹ ਸਿਚੁਏਸ਼ਨਲ ਗੀਤ ਸੀਗੇ, ਪਰ ਸੱਚੀ ਜਾਣਿਆ ਕਿ ਲੋਕਾਂ ਨੇ ਉਹਨਾਂ ਨੂੰ ਵੀ ਬਹੁਤ ਪਿਆਰ ਦਿੱਤਾ। ਉਹਨਾਂ 'ਚੋਂ ਵੀ ਦੱਸਣਾ ਜੀ ਸਰ। ਦਸਵਾਂ ਜੰਮਿਆ ਕਿਹੜੀ ਰੁੱਤ ਨੀ, ਲੱਖਾਂ ਵਿੱਚੋਂ ਇੱਕ ਤੇਰਾ ਸੋਹਣਾ ਪੁੱਤ ਨੀ, ਸੋਹਣੇ ਨਾਲ ਸੋਹਣੀ ਚੰਗੀ ਲੱਗਦੀ ਤੁਰਦੀ ਖਹਿ ਕੇ, ਨੀ ਮਾਏ ਤੇਰੀ ਨੂੰ ਲੱਭਣੀ, ਹੋ ਬੇਬੇ ਤੇਰੀ ਨੂੰ ਲੱਭਣੀ, ਨੂੰ ਲੱਭਣੀ ਐ ਦੀਵੇ ਲੈ ਕੇ, ਮਾਏ ਤੇਰੀ ਨੂੰ ਲੱਭਣੀ, ਹੋ ਬੇਬੇ ਤੇਰੀ ਨੂੰ ਲੱਭਣੀ, ਨੂੰ ਲੱਭਣੀ ਐ ਦੀਵੇ ਲੈ ਕੇ। ਤੁਸੀਂ ਔਨ ਸਕਰੀਨ ਬਹੁਤ ਦੇਰ ਨਾਲ ਆਏ ਨਾ ਪਹਿਲਾਂ ਪਲੇਬੈਕ ਦੇ ਤੌਰ 'ਤੇ, ਇਹਦਾ ਕੀ ਮਤਲਬ ਤੁਸੀਂ ਸਕਰੀਨ ਜਾਂ ਕੈਮਰਾ ਸ਼ਾਈ ਸੀਗੇ ਜਾਂ ਤੁਹਾਨੂੰ ਪਹਿਲਾਂ ਇੰਨਾ ਹੀ ਸੀ ਕਿ ਮੈਂ ਪਲੇਬੈਕ ਸਿੰਗਿੰਗ ਕਰਨਾ? ਸੈਟਿਸਫਾਈਡ ਨਹੀਂ ਸੀਗਾ ਜੀ ਪਹਿਲਾਂ ਹੀ ਮੈਂ, ਕਿਉਂਕਿ ਬਚਪਨ ਦੇ ਵਿੱਚ ਨਾ ਇੱਕ ਸ਼ੌਕ ਹੁੰਦਾ ਸੀਗਾ ਕਿ ਕਦੀ ਸਾਡੇ ਪਿੱਛੇ ਵੀ ਚੰਗੇ ਮਿਊਜ਼ਿਕ ਵਾਲੇ ਬੰਦੇ ਹੋਣਗੇ, ਕਿਉਂਕਿ ਸਕੂਲ ਦੇ ਵਿੱਚ ਤਬਲਾ ਹਾਰਮੋਨੀਅਮ ਮਿਲਦਾ ਹੁੰਦਾ ਸੀ ਗਾਉਣ ਲਈ। ਕਦੀ ਕਦਾਈ ਕੋਈ ਸਾਲ 'ਚ ਮੈਂ ਕੋਈ ਪ੍ਰੋਗਰਾਮ ਹੋਣਾ ਤਾਂ ਜਿਹਦੇ ਵਿੱਚ ਕਿਸੇ ਚੰਗੇ ਫਲੂਟ ਵਾਦਕ ਨੂੰ ਜਾਂ ਸੁਰੰਗੀ ਵਾਦਕ ਨੂੰ ਬੁਲਾਇਆ ਜਾਂਦਾ ਸੀਗਾ। ਪੌਣ ਤੋਂ ਸੁਗੰਧ ਮੈਂ ਪਾਣੀਏ ਤੂੰ ਰੰਗ ਮੈਂ, ਪੌਣ ਤੋਂ ਸੁਗੰਧ ਮੈਂ ਪਾਣੀਏ ਤੂੰ ਰੰਗ ਮੈਂ, ਰੇਸ਼ਮਾਂ ਦੀ ਗਜ਼ਲੇ ਦੀ ਤਾਲਮੇਲ ਸਾਡਾ ਬਹਿਜ ਫਿੱਟ ਬੱਲੀਏ, ਯਾਰ ਤੇਰਾ ਮਾਣਕ ਦੀ ਕਲੀਆਂ ਗੁਵੇਰੀਏ ਚ ਹਿੱਟ ਬੱਲੀਏ, ਯਾਰ ਤੇਰਾ ਮਾਣਕ ਦੀ ਕਲੀਆਂ ਗੁਵੇਰੀਏ ਚ ਹਿੱਟ ਬੱਲੀਏ। ਇਹ ਗੀਤ ਸੀਗਾ ਜੀ। ਕਿਆ ਬਾਤ, ਮੁਬਾਰਕਾਂ ਵੀ ਬਹੁਤ। ਅਤੇ ਵੈਸੇ ਮੇਰੇ ਵਰਗੇ ਨੇ ਮੈਂ ਵੀ ਮਾੜੇ ਮੋਟੇ ਗੀਤ ਗੁੱਤ ਲੈ ਲੈਣਾ ਜੀ। ਸਵਾਲ ਪੁੱਛਣਾ ਚਾਹੇ ਪਹਿਲਾਂ ਤਾਂ ਮੈਂ ਦਰਸ਼ਕ ਨੰਬਰ ਇੱਕ, ਵੀਰ ਸਿੰਘ ਦੇ ਗਾਣਿਆਂ ਨੂੰ ਦੂਸਰੇ ਗਾਇਕਾਂ ਨੇ ਗਾਇਆ, ਅਤੇ ਜੇ ਵੀਰ ਸਿੰਘ ਨੇ ਸਾਡੀ ਸਾਹਿਤਕ ਪਰੰਪਰਾ ਦੇ ਵਿੱਚੋਂ ਕਿਸੇ ਸ਼ਾਇਰ ਨੂੰ ਗਾਉਣਾ ਹੋਵੇ ਅਤੇ ਪੂਰੀ ਐਲਬਮ ਕੱਢਣੀ ਹੋਵੇ, ਉਹ ਕਿਸ ਨੂੰ ਚੁਣੇਗਾ? ਬਿਲਕੁਲ ਪ੍ਰੋਫੈਸਰ ਵਾਲਾ ਸਵਾਲ। ਇਸ ਲਿਸਟ ਦੇ ਵਿੱਚ ਕਾਫੀ ਨਾਮ ਹੈ ਜੀ, ਤੁਹਾਡਾ, ਜ਼ਫਰ ਸਾਹਿਬ ਦਾ, ਪਾਤਰ ਸਾਹਿਬ ਦਾ, ਘਣੀਆ ਸਾਹਿਬ ਦਾ, ਸਾਡੇ ਅੰਮ੍ਰਿਤਸਰ ਤੋਂ ਮੇਰੇ ਉਸਤਾਦ ਸੀ ਹੁਣ ਇਸ ਵੇਲੇ ਦੁਨੀਆਂ 'ਚ ਨਹੀਂ, ਦੇਵਦੰਤ ਸਾਹਿਬ ਉਹਨਾਂ ਦਾ, ਫਿਰ ਇੱਕ ਇਕਬਾਲ ਮਾਹਲ ਜੀ ਉਹਨਾਂ ਦਾ, ਔਰ ਉਲਫਤ ਬਾਜਵਾ ਸਾਹਿਬ ਸੀ ਜਲੰਧਰ ਤੋਂ ਇੱਕ ਉਹਨਾਂ ਦਾ ਜੀ, ਉਹਨਾਂ ਦੇ ਗੀਤਾਂ ਮੈਂ ਅਕਸਰ ਗੁਣਗੁਣਾਉਂਦਾ ਰਹਿੰਦਾ। ਆਖੋ ਤਾਂ ਸੁਣਾ ਦਿੰਦਾ ਨਜ਼ਰ ਰਮਜ਼ਨ ਮਲਾਉਂਦੇ ਹੋ ਕਦੇ ਇਧਰ ਕਦੇ ਉਧਰ, ਵਫਾ ਆਪਣੀ ਜਤਾਉਂਦੇ ਹੋ ਕਦੇ ਇਧਰ ਕਦੇ ਉਧਰ, ਤੁਹਾਨੂੰ ਬੇਵਫਾ ਕਹਿਣਾ ਸਰਾਸਰ ਨਾ ਮੁਨਾਸਿਬ ਹੈ, ਤੁਸੀਂ ਵਾਦਾ ਨਿਭਾਉਂਦੇ ਹੋ ਕਦੇ ਇਧਰ ਕਦੇ ਉਧਰ, ਕਿਸੇ ਦਿਨ ਡਾਂਗ ਖੜਕੇ ਕਿਸੇ ਦਿਨ ਖੂਨ ਡੁੱਲੇਗਾ, ਜੋ ਲਾਉਂਦੇ ਹੋ ਬੁਝਾਉਂਦੇ ਹੋ ਕਦੇ ਇਧਰ ਕਦੇ ਉਧਰ, ਨਤਾਰਾ ਝੂਠ ਤੇ ਸੱਚ ਦਾ ਤੁਸੀਂ ਕਰਨਾ ਨਹੀਂ ਚਾਹੁੰਦੇ, ਜੋ ਹਾਂ ਵਿੱਚ ਹਾਂ ਮਿਲਾਉਂਦੇ ਹੋ ਕਦੇ ਇਧਰ ਕਦੇ ਉਧਰ, ਕਦੇ ਇਧਰ ਕਦੇ ਉਧਰ, ਜਲੰਧਰ ਸ਼ਹਿਰ ਤੋਂ ਛੋਣੀ ਤੇ ਛੋਣੀ ਤੋਂ ਸ਼ਹਿਰ ਉਲਫਤ, ਬੜੇ ਚੱਕਰ ਲਗਾਉਂਦੇ ਹੋ ਕਦੇ ਇਧਰ ਕਦੇ ਉਧਰ, ਕਦੇ ਇਧਰ ਕਦੇ ਉਧਰ।
हाँ जी। अच्छा हूँ मैं ये पूछना चाहना कि अगे कई बार गायकों दी प्लानिंग्स होंदिया एल्बम दी कई बार तो कमर्शियल होंदा ते जिहड़ी साहित्यक गीतकारी है उहदे च कोई आने वाली लाइन तुहाडा शायर दा वड्डे शायरां दा पंजाबी दे खास तौर पर है कोई प्लैनिंग दे विच कि आने वाले समय तुसीं उह गीत करोगे जां एल्बम करोगे? शिव कुमार बटालवी जी का एक गीत मैं अक्सर गाँवना भी हाँ, मेरे दिल के बड़े नेड़े है, वो गीत को रिलीज़ करने की भी तमन्ना है, पर राइट्स का कुछ मसला है, सो जो भी सॉर्ट हो गया तो की जरूर करना है। मैं सुना जाच मैनू आ गई गम खान दी, जाच मैनू आ गई गम खान दी, हौली हौली रोके जी परचान दी, हौली हौली रोके जी परचान दी, जाच मैनू गम खान दी, गम खान दी, चंगा होया तू बेगानी हो गई, चंगा होया तू बेगानी हो गई, मुक गई चिंता तेनू अपनान दी, जाच मैनू गम खान दी, गम खान दी। एक सिफारिश गीत जेड़ा भला करे करता पलियां चंगियां सब दियां रीजां पुग जावन, मेहनत दे नाल बीजियां शाला उग जावन, हर थां ते सजण ताई ना कोई वैर होवे, भली करे करतार सब दी खैर होवे, भली करे करतार सब दी खैर होवे, ओ भली करे करतार, भली करे करतार सब दी खैर होवे, एक दूजे दे संग कलियां नू मैकण भुल जांदा ए, फुलां दा चो जांदा रंग, सानू यो कायनात निहारे होइए राजा रानी जिवें देस दे, मिलदे जदों तू ते मैं अंबर लियों के सानू वेख दे, मिलदे जदों तू ते मैं अंबर ने ओके सानू मिलदे। बहुत बहुत शुक्रिया तुहानू सारयां नू, बहुत दुआवां। सो दर्शको इस वक्त के सी जी सी दे रूबरू करवा रहे हैं असीं तुहानू वीर सिंह जी, पंजाबी दे नामवर सिंगर, सिंगर जिहड़े बाकी गायकी तो हट के ने, सब तो हट के ने। सो वीर सिंह जी स्वागत है तुहाडा, बहुत 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 सारियां गल्लां तुसीं करके आए हो, पर मेरा पहला सवाल जिस चीज़ लई तुसीं जिस परपज़ लई इत्थे आए हो है जी, बुक फेयर, किताबां दा मेला पंजाबी डिपार्टमेंट ने अरेंज कीता है, की कहना चाहोगे किताबां किन्नियां क जरूरी ने? कई बार ना साडी जिंदगी सिर्फ एक सवाल दे उत्ते रुकी हुंदी है, और लाइब्रेरी च पता नहीं केड़ी एक ऐसी किताब हुंदी है जिहदे विच तुहाडे उस सवाल दा जवाब हुंदा। सो पढ़ना इस कदर जरूरी हो जाता है कि जब तक, क्योंकि ना या तो तुम उस सवाल की घूमण घेरी च फसे रहिंदे हो, पर जदन तुहानू उस सवाल का जवाब मिलता तो लगता है कि यार जिंदगी तो बहुत सौखी सी, मैं ही बस इस सवाल का जिहड़ा गुम्मा बना के अंदर लग छड्डिया है ना। सो इस करके चंगीआं किताबां जिहड़ीआं ने उह सब तो चंगे दोस्त हुंदे। मेरे मन च वीर सिंह नूं वेख के शुरू तो जदों तो मैं वेख्या सुनिया एक सवाल आउंदा रहा, क्योंकि मैनू सरदार खुद साडी लुक बहुत पसंद है ते, पर इस इंडस्ट्री दे विच इस लुक नू लैके एस्टैबलिश करना जिहड़ा बहुत, क्योंकि मैं इस लाइन दे नाल जुड़ी हुई हाँ, बहुत औखा सी, किद्दां कदी मन दे विच आया नहीं कि वी जदों शुरू कीता सी कि मैं इस लुक दे नाल किन्ना अग्गे जा सकूँगा जां किद्दां?
ਮੇਰੇ ਮਨ ਦੇ ਵਿੱਚ ਕਦੇ ਵੀ ਇਹ ਦੁਬਿਧਾ ਨਹੀਂ ਸੀਗੀ ਕਿ ਇਸ ਲੁੱਕ ਨੂੰ ਰੱਖਣਾ ਹੈ ਕਿ ਛੱਡਣਾ ਹੈ, ਇੱਦਾਂ ਦਾ ਕੁਐਸਚਨ ਕਦੇ ਵੀ ਨਹੀਂ ਸੀਗਾ। ਇਹ ਬਿਲਕੁਲ ਸਟ੍ਰੀਮਲਾਈਨ ਸੀਗਾ ਕਿ ਹਾਂ ਮੈਂ ਜਿੱਦਾਂ ਹਾਂ ਉੱਦਾਂ ਹਾਂ। ਔਰ ਦੂਜੀ ਗੱਲ ਇਹ, ਮੈਂ ਹਮੇਸ਼ਾ ਮਹਿਸੂਸ ਕਰਦਾ ਕਿ ਜਿਹੜੇ ਮੇਰੇ ਸਰੋਤੇ ਨੇ ਉਹਨਾਂ ਦਾ ਲੈਣ ਦੇਣ ਮੇਰੇ ਗਲੇ ਨਾਲ ਬਹੁਤ ਹੈ, ਮੇਰੀ ਲਿਖਤ ਨਾਲ ਬਹੁਤ ਹੈ, ਹੈ ਨਾ। ਮੈਂ ਕੀ ਦੇਖਦਾ ਹਾਂ ਉਹ ਸੈਕਿੰਡ ਪਾਰਟ ਹੈ, ਹੈ ਨਾ। ਔਰ ਫਸਟ ਪਾਰਟ ਨੂੰ ਜਿੰਨਾ ਇੰਪਰੂਵ ਕਰ ਲਿਆ ਜਾਵੇ ਉਨਾ ਵਧੀਆ ਆ। ਬਿਲਕੁਲ। ਔਰ ਸੈਕਿੰਡ ਪਾਰਟ ਜਿਹੜਾ ਆ ਉਹ ਆਪਣੇ ਆਪ, ਜੇ ਤੁਸੀਂ ਆਡੀਅੰਸ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ ਉਹ ਤੁਹਾਨੂੰ ਐਕਸੈਪਟ ਕਰਦੇ ਨੇ। ਇਹ ਸਵਾਲ ਮੇਰੇ ਦਿਲ ਦੇ ਵਿੱਚ ਤਾਂ ਰਹਿੰਦਾ ਸੀ ਕਿਉਂਕਿ ਮੋਸਟਲੀ ਜਿੰਨੇ ਵੀ ਆਰਟਿਸਟ ਉਹਨਾਂ ਨੂੰ ਪੁੱਛ ਲਓ ਨਾ ਤੇ ਉਹ ਇਹੀ ਜਵਾਬ ਦਿੰਦੇ ਨੇ, ਨਹੀਂ ਜੀ ਅਸੀਂ ਸਰਵਾਈਵ ਨਹੀਂ ਕਰ ਸਕਦੇ ਇਸ ਲੁੱਕ ਦੇ ਨਾਲ। ਮੈਂ ਇਹਦੇ 'ਚ ਇੱਕ ਚੀਜ਼ ਕਹਿਣਾ ਹੁੰਦਾ ਕਿ ਆਡੀਅੰਸ ਨੂੰ ਹਮੇਸ਼ਾ ਆਪਣੇ ਬੱਚੇ ਵਾਂਗੂ ਟ੍ਰੀਟ ਕਰਦਾ ਹਾਂ ਮੈਂ। ਮੈਨੂੰ ਲੱਗਦਾ ਕਿ ਮੈਂ ਆਪਣੇ ਜਵਾਕ ਦੇ ਹੱਥ 'ਚ ਸ਼ਾਇਦ ਛੁਰੀ ਨਹੀਂ ਫੜਾਊਂਗਾ ਕਿਉਂਕਿ ਮੈਨੂੰ ਪਤਾ ਉਹਨੇ ਨੁਕਸਾਨ ਕਰ ਲੈਣਾ ਆਪਣਾ। ਸਿਮੀਲਰਲੀ ਜਿਹੜਾ ਮਾੜਾ ਗੀਤ ਹੁੰਦਾ ਜਾਂ ਮਾੜਾ ਪਹਿਰਾਵਾ ਹੁੰਦਾ ਉਹ ਆਡੀਅੰਸ ਨੂੰ ਕਿਸ ਕਦਰ ਬਰਬਾਦ ਕਰ ਸਕਦਾ ਹੈ, ਇਸ ਗੱਲ ਦਾ ਅੰਦਾਜ਼ਾ ਪਹਿਲਾਂ ਲਾਉਣਾ ਚਾਹੀਦਾ ਔਰ ਫਿਰ ਹੀ ਅੱਗੇ ਤੁਰਨਾ ਚਾਹੀਦਾ। ਬਿਲਕੁਲ। ਸਤਿ ਸ਼੍ਰੀ ਅਕਾਲ ਸਰ। ਥੈਂਕ ਯੂ ਜੀ। ਥੈਂਕ ਯੂ ਸਰ। ਥੈਂਕ ਯੂ। ਕਿਵੇਂ ਹੋ ਜੀ? ਠੀਕ ਠਾਕ ਸੀ ਤੁਹਾਡੀ? ਹਾਂ ਹਾਂ ਹਾਂ। ਬੈਠੋ ਬੈਠੋ ਪਲੀਜ਼। ਸਰ ਸਮਾਂ ਕਰ ਲਾਂਗੇ। ਅੱਜ ਵੀਰ ਸਿੰਘ ਸਾਰੇ ਸਾਡੇ ਦਰਸ਼ਕਾਂ ਦੀ ਫਰਮਾਇਸ਼ ਪੂਰੀ ਕਰ ਰਹੇ ਸੀ ਤੁਸੀਂ ਹਰ ਇੱਕ। ਮੈਂ ਪਿੱਛੇ ਇੱਕ ਸਿੰਗਰ ਦੀ ਇੰਟਰਵਿਊ ਕੀਤੀ ਸੀ ਅਤੇ ਅਸੀਂ ਹਾਰਡਲੀ ਅਸੀਂ ਉਹਨਾਂ ਨੂੰ ਇੱਕ ਅੱਧਾ ਸੌਂਗ ਗਾਉਣ ਲਈ ਕਿਹਾ ਸੀ ਅਤੇ ਉਹਨਾਂ ਨੇ ਕਹਿ ਦਿੱਤਾ ਸੀ ਵੀ ਨਹੀਂ ਬਸ ਇੰਨਾ ਹੀ ਜੀ। ਮਤਲਬ ਹਰ ਕਿਸੇ ਦੀ ਫਰਮਾਇਸ਼ ਪੂਰੀ ਕਰਨੀ ਇੱਕ ਲੈਵਲ ਆ ਅਤੇ ਇੱਕ ਲੈਵਲ 'ਤੇ ਪਹੁੰਚ ਕੇ ਦਰਸ਼ਕਾਂ ਦੀਆਂ ਫਰਮਾਇਸ਼ਾਂ ਨੂੰ ਨਜ਼ਰਅੰਦਾਜ਼ ਕਰ ਦੇਣਾ ਇੱਕ ਲੈਵਲ ਆ। ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਜਿਨ੍ਹਾਂ ਦੇ ਬਣਾਏ ਹੋਏ ਆ, ਜੇ ਉਹਨਾਂ ਤੋਂ ਭੱਜਣਾ ਸ਼ੁਰੂ ਕਰ ਦੇਵਾਂਗੇ ਤਾਂ ਫਿਰ ਅਸੀਂ ਭੱਜ ਕੇ ਜਾਣਾ ਕਿੱਥੇ? ਫਿਰ ਤਾਂ ਅੱਗੇ ਕੋਈ ਰਸਤਾ ਨਹੀਂ ਰਹਿ ਜਾਂਦਾ। ਬਿਲਕੁਲ। ਅਤੇ ਸਰ ਜਾਂਦੇ ਜਾਂਦੇ ਸਾਡੇ ਬੱਚੇ ਕਿਉਂਕਿ ਕਿਤਾਬਾਂ ਨਾਲ ਜੁੜੇ, ਤੁਹਾਡੇ ਇੰਨੇ ਅੱਛੇ ਸਾਹਿਤਕ ਮਿਊਜ਼ਿਕ ਦੇ ਨਾਲ ਜੁੜ ਰਹੇ ਨੇ, ਅਸੀਂ ਚਾਹਾਂਗੇ ਕਿ ਉਹਨਾਂ ਦੇ ਲਈ ਕੁਛ ਨਾ ਕੁਛ ਜ਼ਰੂਰ ਕਹੋ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਹਮੇਸ਼ਾ ਜਿਗਿਆਸੂ ਬਣੇ ਰਹੋ, ਹਮੇਸ਼ਾ ਆਪਣੇ ਅੰਦਰ ਸਵਾਲ ਰੱਖੋ ਔਰ ਹਮੇਸ਼ਾ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਦੇ ਵਿੱਚ ਜੁਟੇ ਰਹੋ। ਔਰ ਇਹ ਜਿਹੜਾ ਸਵਾਲ ਜਵਾਬ ਦਾ ਸਿਲਸਿਲਾ ਆ, ਇਹ ਅੰਤ ਵਿੱਚ ਤੁਹਾਨੂੰ ਬਹੁਤ ਇੱਕ ਐਸੀ ਅਵਸਥਾ ਦੇ ਵਿੱਚ ਲੈ ਜਾਏਗਾ ਜਿੱਥੇ ਜਾ ਕੇ ਸਾਰੇ ਸਵਾਲ ਖਤਮ ਹੋ ਜਾਣਗੇ ਔਰ ਸਿਰਫ ਤੁਸੀਂ ਹੋਵੋਗੇ ਔਰ ਇੱਕ ਸ਼ਾਂਤੀ ਹੋਊਗੀ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ। ਤੁਸੀਂ ਖਾਲਸਾ ਕਾਲਜ ਦੇ ਵਿੱਚ ਪੜ੍ਹਦੇ ਹੋ, ਅੱਧੀ ਕੁ ਜਰਨੀ ਤਾਂ ਤੁਹਾਡੀ ਆਪਣੇ ਆਪ ਸ਼ੁਰੂ ਹੋ ਚੁੱਕੀ ਹੈ। ਸੋ ਵਾਹਿਗੁਰੂ ਤੁਹਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਵਿੱਚ ਰੱਖਣ, ਖੁਸ਼ੀਆਂ ਮਾਣੋ, ਜਵਾਨੀਆਂ ਮਾਣੋ। ਸਰ ਜੋੜਾ ਝਾਂਜਰਾਂ ਦਾ ਪਲੀਜ਼ ਜਾਣੇ ਜਾਂਦੇ। ਕੁਝ ਧੁੱਪਾਂ ਰੱਖੀਆਂ ਨੇ ਨੀ, ਕੁਝ ਛਾਵਾਂ ਰੱਖੀਆਂ ਨੇ ਤੇਰੇ ਨਾਲ ਬਿਤਾਉਣ ਲਈ, ਬਾਕੀ ਸਾਵਾਂ ਰੱਖੀਆਂ ਨੇ ਤੇਰੇ ਪੈਰੀ ਪਾਉਣਾ ਏ, ਤੇਰੇ ਪੈਰੀ ਪਾਉਣਾ ਏ। ਸਾਡੇ ਘਰ ਵਿੱਚ ਬਹਿ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ ਰੱਖਿਆ ਏ, ਲੈ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ ਰੱਖਿਆ ਲੈ ਕੇ ਮੈਂ। ਥੈਂਕ ਯੂ ਜੀ। ਥੈਂਕ ਯੂ ਸਰ। ਅਸੀਂ ਉਮੀਦ ਕਰਾਂਗੇ ਕਿ ਤੁਸੀਂ ਇੱਦਾਂ ਹੀ ਸਾਹਿਤਕ ਗਾਣੇ ਗਾਉਂਦੇ ਰਹੋ ਅਤੇ ਇੱਦਾਂ ਹੀ ਦਰਸ਼ਕ ਤੁਹਾਨੂੰ ਪਿਆਰ ਦਿੰਦੇ ਰਹਿਣ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।